ਕਠੂਆ ਨਿਊਜ਼ 24/7 ਦੇਖਣ ਵਾਲੇ ਸਾਰੇ ਦਰਸ਼ਕ ਹੱਥ ਜੋੜੀਏ ਰਾਮ ਰਾਮ। ਇਸ ਲਈ ਕਠੂਆ ਨਿਊਜ਼ 24/7 ਦੀ ਟੀਮ ਆਈ ਦੀ ਹੈ ਜਸਰੋਟਾ ਸਥਿਤ ਮਾਤਾ ਕਾਲੀ ਦੇ ਮੰਦਰ 'ਚ। ਜਾਂ ਤੁਸੀਂ ਪਤਾ ਹੈ ਕੱਲ੍ਹ ਮਾਤਾ ਰਾਣੀ ਦਾ ਪਹਿਲਾ ਨਵਰਾਤਰਾ ਹੈ, ਅਤੇ ਸੁਨੀਲ ਕੀ ਪਹਿਲੇ ਮੈਂ ਆਗਾ ਡੈਕੋਰੇਸ਼ਨ ਦੱਸੋ ਕਿ ਕੱਲ੍ਹ ਪਹਿਲੇ ਨਵਰਾਤਰੇ ਉੱਪਰ ਜਿਹੜੀ ਆ ਉਹ ਡੈਕੋਰੇਸ਼ਨ ਲਗਭਗ ਜਿਹੜੀ ਹੈ ਨਾ ਉਹ ਪੂਰੀ ਹੋਈ ਗਈ ਹੈ। ਤੁਸੀਂ ਪਤਾ ਕਿ ਜਿਲ੍ਹੇ ਨਵਰਾਤਰੇ ਆਉਂਦੇ ਆ, ਅਤੇ ਅਗਰ ਅਸੀਂ ਗੱਲ ਕਰੀਏ ਜਸਰੋਟੇ ਮਾਤਾ ਦੀ, ਤਾਂ ਇੱਥੇ ਵੀ ਜਿਹੜਾ ਭਾਰੀ ਸੰਖਿਆ ਜਿਹੜੇ ਸ਼ਰਧਾਲੂ ਆਉਂਦੇ ਆ ਮੱਥਾ ਟੇਕਣ ਆਉਂਦੇ ਆ, ਤਾਂ ਉਹਨਾਂ ਤੁਸੀਂ ਕਿ ਵਿਜੂਅਲ ਦੱਸਿਆ ਕਰਦੇ ਇੱਧਰ ਦੇ ਕਿ ਇੱਥੇ ਜਿਹੜੀ ਹੈ ਡੈਕੋਰੇਸ਼ਨ ਜਿਹੜੀ ਆ ਹਲੇ ਚਲਾ ਕਰਦੀ ਹੈ। ਅਤੇ ਹਰ ਸਾਲ ਅਸੀਂ ਦੱਸਣੇ ਹੁੰਦੇ ਮਾਤਾ ਰਾਣੀ ਦੇ ਦਰਬਾਰ 'ਚ ਇਹ ਡੈਕੋਰੇਸ਼ਨ ਦੱਸਣੇ ਹੁੰਦੇ, ਇਹਦੇ ਕੰਨੇ ਕੰਨੇ ਜਿੰਨੀ ਵੀ ਸਾਡੇ ਕਠੂਏ ਦੇ ਲਾਗੇ ਬੰਨੇ ਜਿੰਨੇ ਵੀ ਦਰਬਾਰ ਹੈ ਮਾਤਾ ਰਾਣੀ ਦੇ, ਉੱਥੇ ਵੀ ਅਸੀਂ ਜਾਂਦੇ ਹੁੰਦੇ, ਤਾਂ ਤੁਸੀਂ ਕੀ ਦੱਸਣੇ ਹੁੰਦੇ ਕਿ ਕਿੰਨੀ ਸੰਖਿਆ ਜਿਹੜੇ ਉੱਥੇ ਸ਼ਰਧਾਲੂ ਪੂਜੇ ਦੇ ਆ, ਅਤੇ ਸ਼ਰਧਾਲੂ ਪੂਜੀਏ ਜਿਹੜੇ ਆ ਉੱਧਰ ਉੱਥੇ ਮੱਥਾ ਟੇਕਣ ਆਏ ਦੇ ਮਾਤਾ ਰਾਣੀ ਦੇ ਦਰਬਾਰ 'ਚ। ਅਤੇ ਸੁਨੀਲ ਜਿਹੜਾ ਤੁਸੀਂ ਕੀ ਦੱਸਿਆ ਕਰਦੇ, ਇਸ ਲਈ ਸਾਰੇ ਵਿਜੂਅਲ ਜਿਹੜਾ ਉਹ ਸੁਨੀਲ ਦੇ ਥਰੂ ਤੁਸੀਂ ਜਿਹੜਾ ਨਾ ਉਹ ਕਠੂਆ ਨਿਊਜ਼ 24/7 ਉੱਪਰ ਐਕਸਕਲੂਸਿਵ ਵਿਜੂਅਲ ਜਿਹੜੇ ਨਾ ਇਸ ਲਈ ਦਿਖਾ ਕਰਦੇ ਹੋ। ਅਤੇ ਮੈਂ ਸੁਨੀਲ ਕੀ ਆਖਾਂ ਕਿ ਸਾਰੇ ਵਿਜੂਅਲ ਜਿਹੜੇ ਆ ਨਾ ਉਹ ਦੱਸਦੇ ਜਾਏ ਕਿ ਮਾਤਾ ਦਾ ਦਰਬਾਰ ਜਿਹੜਾ ਨਾ ਉਹ ਕਿਹੋ ਜਿਹਾ ਇਸ ਵਾਰ ਸਜਾਇਆ ਦਾ, ਅਤੇ ਤੁਸੀਂ ਦਰਬਾਰ ਦੀ ਜਿਹੜੀ ਹੈ ਨਾ ਐਕਸਕਲੂਸਿਵ ਇਸ ਲਈ ਵੀਡੀਓ ਜਿਹੜੀ ਹੈ ਨਾ ਉਸ ਤੁਸੀਂ ਦਿਖਾ ਕਰਦੇ ਹੋ। ਕੱਲ੍ਹ ਤੁਸੀਂ ਸਾਰੇ ਆਉਣਾ, ਪ੍ਰੋਟੋਕੋਲ ਜਿਹੜੇ ਤੁਸੀਂ ਫੋਲੋ ਕਰਨੇ, ਲਾਈਨ 'ਚ ਲੱਗੀਏ ਜਿਹੜਾ ਹੈ ਨਾ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਆਉਣਾ। ਹਰ ਸਾਲ ਅਸੀਂ ਆਉਂਦੇ ਹੁੰਦੇ, ਇਹੀ ਤੁਸੀਂ ਆਈਏ ਜਿਹੜਾ ਆਸ਼ੀਰਵਾਦ ਲੈਣਾ ਮਾਤਾ ਰਾਣੀ ਦਾ। ਅਤੇ ਬਾਕੀ ਜਿਸਲੇ ਵੀਡੀਓ ਫੇਸ ਉੱਪਰ ਅਪਲੋਡ ਹੋ ਗਈ, ਇਸੀ ਮਤੇ ਕੋਲ ਮਤਾ ਸ਼ੇਅਰ ਜਿਹੜਾ ਤੁਸੀਂ ਸਾਰੇ ਜ਼ਰੂਰ ਕਰਨਾ। ਇਸ ਸਾਈਡ ਵੀ ਡੈਕੋਰੇਸ਼ਨ ਦੀ ਅਗਰ ਗੱਲ ਦੱਸਾਂ ਤੁਸੀਂ, ਇੱਥੇ ਵੀ ਡੈਕੋਰੇਸ਼ਨ ਹੋਈ ਦੀ ਹੈ, ਕਾਫੀ ਅੱਛੀ ਡੈਕੋਰੇਸ਼ਨ ਜਿਹੜੀ ਹੈ ਉਹ ਦਰਬਾਰ 'ਚ ਹੋਈ ਦੀ ਹੈ। ਅਤੇ ਕਮੇਟੀ ਦੇ ਸਦੱਸਿਆ ਜਿਹੜੇ ਆ ਨਾ ਉਹ ਹਰ ਸਾਲ ਜਿਹੜਾ ਨਾ ਉਹ ਬੜੇ ਅੱਛੇ ਤਰੀਕੇ ਕਰਨੇ ਇੱਥੇ ਡੈਕੋਰੇਸ਼ਨ ਕਰਾਉਂਦੇ ਆ, ਅਤੇ ਡੈਕੋਰੇਸ਼ਨ ਕਰਾਉਣ ਦੇ ਕੰਨੇ ਕੰਨੇ ਜਿਹੜੇ ਆ ਨਾ ਇੱਥੇ ਭਾਰੀ ਸੰਖਿਆ ਜਿਹੜੇ ਆ ਨਾ ਉਹ ਸ਼ਰਧਾਲੂ ਵੀ ਜਿਹੜੇ ਆ ਨਾ ਉਹ ਮੱਥਾ ਟੇਕਣ ਆਉਂਦੇ ਆ। ਮੈਂ ਸੁਣੀ ਕਿਹਾ ਕਿ ਸਾਹਮਣੇ ਵਾਲੀ ਸਾਈਡ ਵੀ ਫੋਕਸ ਕਰੀਏ, ਦੱਸੋ ਉੱਧਰ ਜਿਹੜੀ ਹੈ ਨਾ ਇਸ 'ਤੇ ਕਠੂਆ ਨਿਊਜ਼ 24/7 ਹੈ। ਅਤੇ ਕੱਲ੍ਹ ਤੁਸੀਂ ਸਾਰੇ ਆਉਣਾ, ਮਾਤਾ ਰਾਣੀ ਦਾ ਪਹਿਲਾ ਨਵਰਾਤਰਾ, ਤੁਸੀਂ ਆਓ ਇੱਥੇ ਮੱਥਾ ਟੇਕ, ਜੋ ਵੀ ਤੁਹਾਡੀ ਮਨੋਕਾਮਨਾ। ਮੈਂ ਇੱਕ ਵਾਰ ਪਰਤੀ ਆਗਾ ਕਿ ਕੱਲ੍ਹ ਤੂੰ ਸਾਰੇ ਇੱਧਰ ਆਉਣਾ, ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਾਈਨ 'ਚ ਲੱਗੀ ਜਿਹੜਾ ਹੈ ਨਾ ਮਾਤਾ ਰਾਣੀ ਦੇ ਦਰਸ਼ਨ ਕਰਨੇ ਆ। ਅਤੇ ਜੋ ਵੀ ਤੁਹਾਡੀ ਮਨੋਕਾਮਨਾ ਹੈ ਮਾਤਾ ਰਾਣੀ ਹਮੇਸ਼ਾ ਪੂਰੀ ਕਰਦੀ ਹੈ, ਅਤੇ ਇੱਥੇ ਆਓ ਆਪਣੇ ਪਰਿਵਾਰ ਵਾਲੇ ਕੰਨੇ ਆਓ, ਅਤੇ ਇੱਧਰ ਆਈਏ ਜਿਹੜਾ ਪੂਰੇ ਲਾਈਨ 'ਚ ਲੱਗੋ, ਲਾਈਨ 'ਚ ਲੱਗੀ ਜਿਹੜਾ ਦਰਸ਼ਨ ਕਰੋ ਮਾਤਾ ਰਾਣੀ ਦੇ। ਅਤੇ ਜਿਹੜੀ ਡੈਕੋਰੇਸ਼ਨ ਹੈ ਫੋਟੋਜ਼ ਖਿੱਚੋ, ਫੋਟੋਜ਼ ਖਿੱਚਣਾ ਮਤਲਬ ਅਸੀਂ ਖਿੱਚ ਲੈਂਦੇ ਹੁੰਦੇ ਹੈਗੇ ਫੋਟੋਜ਼ ਜਿਲ੍ਹੇ ਅਸੀਂ ਦਰਬਾਰ 'ਚ ਜਾਂਦੇ ਹੁੰਦੇ, ਜਿਵੇਂ ਵੈਸ਼ਨੋ ਦੇਵੀ ਦੀ ਗੱਲ ਕਰਚੋ ਉੱਥੇ ਵੀ ਬੜੀ ਅੱਛੀ ਡੈਕੋਰੇਸ਼ਨ ਹੋ ਜਾਂਦੀ ਹੈ। ਮਾਤਾ ਬਾਲਾ ਸੁੰਦਰੀ ਦੀ ਗੱਲ ਕਰ ਲਓ, ਮਤਲਬ ਹਰ ਜਗ੍ਹਾ ਜਿਹੜੀ ਹੈ ਨਾ ਡੈਕੋਰੇਸ਼ਨ ਬੜੇ ਅੱਛੇ ਤਰੀਕੇ ਕਰਨੇ ਜਿਹੜੀ ਹੈ ਨਾ ਹੋ ਜਾਂਦੀ। ਅਤੇ ਇਹ ਤੁਸੀਂ ਵੀਡੀਓ ਜਿਹੜੀ ਹੈ ਨਾ ਇਹ ਤੁਸੀਂ ਦਿਖਾ ਕਰਦੇ ਹੋ ਕਠੂਆ ਨਿਊਜ਼ 24/7 ਉੱਪਰ। ਅਤੇ ਮੈਂ ਤੁਸੀਂ ਕੰਨੇ ਕੰਨੇ ਇਹ ਵੀ ਦੱਸੋ ਕਿ ਇੱਥੇ ਜਿਹੜਾ ਇਸ ਵਾਰ ਡੈਕੋਰੇਸ਼ਨ ਜੋ ਦੇਖੋ ਅਲੱਗ ਤਰੀਕੇ ਜਿਹੜੀ ਹੈ ਡੈਕੋਰੇਸ਼ਨ ਹੋਈ ਦੀ ਹੈ, ਅਤੇ ਅੱਛਾ ਲੱਗੇ ਕਰਦਾ ਸਾਨੂੰ ਵੀ ਇੱਥੇ ਆਈਏ। ਅਸੀਂ ਹਰ ਸਾਲ ਆਉਂਦੇ ਹੁੰਦੇ ਇੱਥੇ, ਹਰ ਸਾਲ ਆਈਏ ਅਸੀਂ ਡੈਕੋਰੇਸ਼ਨ ਦੱਸਦੇ ਹੁੰਦੇ। ਪਿਛਲੀ ਵਾਲੀ ਸਾਈਡ ਵੀ ਦੇਖੋ ਕਿੰਨੇ ਅੱਛੇ ਤਰੀਕੇ ਕਰਨੇ ਫੁੱਲ ਲੱਗੇ ਦੇ ਆ, ਉੱਥੇ ਸੁਨੀਲ ਤੁਹਾਨੂੰ ਦੱਸਿਆ ਕਰਦਾ ਉੱਥੇ ਫੁੱਲ ਲੱਗੇ ਦੇ ਆ ਬੜੇ ਅੱਛੇ ਤਰੀਕੇ ਕਰਨੇ। ਅਤੇ ਇੱਕ ਵਾਰ ਪਰਤੀਏ ਸਾਰੇ ਕੀ ਨਵਰਾਤਰਾ ਮਾਤਾ ਰਾਣੀ ਦੇ ਕੱਲ੍ਹ ਤੋਂ ਸ਼ੁਰੂ ਹੈ, ਸਾਰੇ ਕੀ ਮਾਤਾ ਰਾਣੀ ਨਵਰਾਤਰੇ ਇੱਕ ਵਾਰ ਪਰਤੀਏ ਮਤੀਆਂ ਜਿਹੜੀਆਂ ਹੈ ਨਾ ਉਹ ਮੁਬਾਰਕਾਂ ਹੈ ਮਾਤਾ ਰਾਣੀ, ਤੂੰ ਸਾਰੇ ਦੀ ਮਨੋਕਾਮਨਾ ਜਿਹੜੀ ਉਹ ਪੂਰੀ ਕਰੇ। ਅਤੇ ਉਹਦੇ ਕੰਨੇ ਕੰਨੇ ਜਿਹੜਾ ਹੈ ਨਾ ਤੁਸੀਂ ਆਪਣੇ ਲਈ ਵੀ ਮੰਗੋ,
ਆਪਣੇ ਰਿਸ਼ਤੇਦਾਰਾਂ ਲਈ ਵੀ ਮੰਗੋ, ਮੈਂ ਕਿਹਾ ਸਾਰੇ ਲਈ ਮੰਗੋ ਮਾਤਾ ਰਾਣੀ ਦੇ ਕੋਲੋਂ, ਜੋ ਤੁਸੀਂ ਮੰਗਣਾ ਚਾਹੁੰਦੇ ਹੋ ਤੁਸੀਂ ਮੰਗੋ, ਕਿਉਂਕਿ ਮਾਤਾ ਰਾਣੀ ਜਿਹੜੀ ਹੈ ਨਾ ਉਹ ਸਾਰੇ ਦੀ ਜਿਹੜੀ ਹੈ ਮੁਰਾਦ ਜਿਹੜੀ ਹੈ ਨਾ ਉਹ ਪੂਰੀ ਕਰਦੀ ਹੈ। ਅਤੇ ਹੁਣ ਇਸ ਵੀਡੀਓ ਵੀ ਜਿਹੜੇ ਫੇਸਬੁੱਕ ਪਰ ਅਪਲੋਡ ਹੋਈ ਸੀ, ਮਤੇ ਕੋਲ ਮਤਾ ਸ਼ੇਅਰ ਜ਼ਰੂਰ ਕਰਿਓ। ਮੇਰਾ ਨਾਮ ਸ਼ਿਵਚਰਨ ਹੈ, ਮੈਂ ਕਮੇਟੀ ਕਾ ਮੈਂਬਰ ਹੂੰ, ਜਸੋਟਾ ਕਾ ਰਹਿਣ ਵਾਲਾ ਹੂੰ। ਅਤੇ ਐਤੀ ਇਤਨੀ ਅੱਛੀ ਡਿਵੈਲਪਮੈਂਟ ਹੋਈ ਹੈ ਮਾਤਾ ਕੇ ਦਰਬਾਰ ਮੈਂ, ਔਰ ਇਤਨੀ ਅੱਛੀ ਜੋ ਫੁੱਲ ਫਲ ਸਭ ਕੁਛ ਜਿਹੜੇ ਬਾਹਰ ਦੇ ਮੰਗਾਏ, ਇੱਧਰੋਂ ਨਹੀਂ ਕੋਈ, ਸਭ ਬਾਹਰ ਦੇ ਜਿੱਥਾਂ ਵੈਸ਼ਨੋ ਮਾਤਾ ਦਾ ਸਮਾਨ ਆਉਂਦਾ ਉੱਧਰੋਂ ਮੰਗਾਏ, ਔਰ ਆਪਣੇ ਕੋਲ ਅਸੀਂ ਜਿੰਨੀ ਸੇਵਾ 'ਚ ਮੁੜੇ ਕੋਈ ਵੀ ਗ੍ਰਾਮ ਜਿੰਨੇ ਵੀ ਪਿੰਡ ਦੇ ਬੰਦੇ ਹਨ ਸਭ ਕੁਛ ਕੁਛ ਹੀ ਅਸੀਂ ਉਹ ਨਹੀਂ ਆਖਿਆ ਵੀ ਤੂੰ ਨਹੀਂ ਆ, ਸਭ ਬੱਚੇ ਆਪਣੇ ਸਮਝੀਏ ਮਾਤਾ ਦਰਬਾਰ ਦੇ ਵਿੱਚ ਸੇਵਾ ਕਰੋ, ਉਹ ਲੰਗਰ ਦੇ ਵਿੱਚ ਸੇਵਾ ਕਰੋ, ਔਰ ਆਉਣ ਵਾਲੀ ਸੰਗਤ ਦੀ ਸੇਵਾ ਕਰੋ। ਹੈਂ ਕਿਆ ਸੁਵਿਧਾ ਜੋ ਹੈ ਸ਼ਰਧਾਲੂ ਇੱਥੇ ਸ਼ਰਧਾਲੂ ਦੇ ਲਈ, ਸਰ ਲੰਗਰ ਦੀ ਸੁਵਿਧਾ, ਔਰ ਬੈਠਣ ਦੀ ਸੁਵਿਧਾ, ਟੈਂਟ ਲੱਗੇਗਾ, ਔਰ ਗਰਮੀ ਦੇ ਵਿੱਚ ਪੱਖੇ ਪੁੱਖ ਦਾ ਸੰਦ ਸਾਰਾ ਸੰਦ, ਔਰ ਹਰ ਇੱਕ ਚੀਜ਼ਾਂ ਦੀ ਸੁਵਿਧਾ, ਪਾਣੀ ਦਾ ਵੀ ਹੈ, ਬਸਤਾ ਹਰ ਇੱਕ ਚੀਜ਼ਾਂ ਦੀ ਹੈ। ਜੋ ਸ਼ਰਧਾਲੂ ਯਹਾਂ ਪਰ ਜਿਹਨਾਂ ਨੇ ਵਰਤ ਰੱਖਾ ਹੋਤਾ ਉਨਕੇ ਲਈ ਆਲੂ ਔਰ ਸ਼ਿਊਲ ਦੀ ਸਭ ਕੁਛ ਖਾ ਕੇ ਬਣਾਇਆ ਉੱਥੇ ਬਣਿਆ। ਸ਼ਹਿਰ ਵਾਸੀਆਂ ਨੂੰ ਕਿਆ ਸੰਦੇਸ਼ ਦੇਣਗੇ ਜੋ ਦਰਸ਼ਨ ਕੇ ਲਈ ਆਉਣਾ ਚਾਹੁੰਦੇ ਹੈ? ਜਿਹੜਾ ਸ਼ਹਿਰ ਵਾਸੀ ਆਉਣ ਮਾਤਾ ਦੇ ਚਰਨਾਂ 'ਚ ਅਸੀਂ ਹੱਥ ਜੋੜੀ ਜਾਂਦੇ, ਕੋਈ ਵੀ ਕਿਸੇ ਗੱਲਾਂ ਦਾ ਕੋਈ ਪ੍ਰੋਬਲਮ ਬਣੇ, ਕੋਈ ਵੀ ਕਿਸੇ ਦੀ ਜ਼ਰੂਰਤ, ਮੈਂ ਅਸੀਂ 24 ਘੰਟੇ ਕਮੇਟੀ ਦਾ ਬੰਦਾ ਇੱਥੇ ਹੋਣਾ, ਕਿਸੇ ਦੀ ਕੋਈ ਪ੍ਰੋਬਲਮ ਹੋਵੇ ਅਸੀਂ ਹਾਜ਼ਰ ਦਿਨ ਰਾਤ। ਬਹੁਤ ਪ੍ਰਾਚੀਨ ਮੰਦਿਰ ਹੈ ਲਗਭਗ, ਤੋ ਕਿਤਨੇ ਪਿਛਲੇ ਸਾਲ ਸ਼ਰਧਾਲੂ ਨੇ ਜੋ ਹੈ ਉਹ ਮਾਥਾ ਟੇਕਾ ਤਾ, ਔਰ ਇਸ ਵਾਰ ਜੋ ਹੈ ਕਿਤਨੇ ਟੇਕਣ ਵਾਲੇ, ਕਿਤਨੀ ਆਸ ਜੋ ਹੈ ਲਗਾਈ ਗਈ? ਅੱਜ ਤੀ ਅਸਾਂ ਕਮ ਸੇ ਕਮ ਕੋਈ 20 ਲੱਖ ਤੱਕ ਪਹੁੰਚ ਜਾਏਗੇ। ਚਾਲੂ ਹੈ ਸਭੀ ਕਰਾਏ, ਪੂਰੇ CCTV ਕੈਮਰੇ ਪੂਰੇ ਚਾਲੂ ਕਰਾਏ। ਆਰਤੀ ਦਾ ਕਿਆ ਸਮੇਂ ਰਹੇਗਾ? ਆਰਤੀ ਦਾ 7 to 8 ਸਵੇਰ ਕੋ ਸ਼ਾਮ ਕੋ ਵੀ? ਹਾਂ, ਸੁਬਹ 5 ਵਜੇ, ਸੁਬਹ 5 ਵਜੇ ਜਿਹੜਾ, ਸ਼ਾਮ ਕੋ 7 ਵਜੇ ਔਰ 8 ਵਜੇ ਵਿੱਚ। ਕੱਲ੍ਹ ਜੋ ਹੈ ਝੰਡਾ ਚੜਾਇਆ ਜਾਏਗਾ, ਕਿੰਨੇ ਵਜੇ ਉਸਕੀ? 9:30 ਦਾ। ਹਾਂ, 9:30। ਕਿਆ ਸੰਦੇਸ਼ ਦੇਣਾ ਚਾਹੀਦਾ? ਹਮ ਸਾਰ ਵਾਸੀਓ ਪੂਰੇ ਹੀ ਆਖਣਾ ਵੀ 9:30 ਦਾ ਕਿਤੇ ਪਹੁੰਚੀ ਜਾਣਾ, 9:30 ਵਜੇ ਹਮ ਮਾਤਾ ਕਾ ਦਰਬਾਰ ਮੈਂ ਝੰਡਾ ਪੂਜਨਾ ਕਰਾ ਕੇ ਸਭੀ ਕੁਝ। ਜੇ ਪਹਿਲੇ ਸੇ ਅੱਛਾ ਹੈ, ਪਹਿਲੇ ਸੇ ਵਧੀਆ ਹੋਈ ਹੈ, ਜੇ ਬਾਹਰ ਕੇ ਫੂਲ ਆਏ ਹੈ, ਜੈਸੇ ਵੈਸ਼ਨੋ ਮਾਤਾ ਮੇਂ ਲਗਤੇ ਹੈ, ਐਸੇ ਕਰਾਈ ਗਈ ਹੈ ਇਸ ਵਾਰ, ਪਹਿਲੇ ਸੇ ਅੱਛੀ ਡੈਕੋਰੇਸ਼ਨ ਕਰਾਈ ਗਈ ਹੈ ਇਧਰ ਮੰਦਿਰ ਮੇਂ। ਪੰਡਿਤ ਜੀ, ਜਿਸ ਤਰ੍ਹਾਂ ਸੇ ਕੱਲ੍ਹ ਸਭੀ ਲੋਕ ਪੂਜਾ ਕਰਨੇ ਵਾਲੇ ਹੈ, ਤੋ ਕਲਸ਼ ਰੱਖਣੇ ਕਾ ਜੋ ਹੈ ਵੋ ਕਿਆ ਸਹੀ ਸਮੇਂ ਰਹਿਣੇ ਵਾਲਾ, ਜੋ ਹੈ ਵੋ ਜਾਣਨਾ ਚਾਹਤੇ ਹੈ ਕਿਆ ਸਹੀ ਸਮੇਂ? 7 to 9 ਕੇ ਬੀਚ ਮੇਂ ਉਨਕੇ ਲਈ ਇਹ ਸੰਦੇਸ਼ ਹੈ ਕਿ ਪ੍ਰੇਮ ਭਾਵ ਸੇ ਆਈਏ, ਮੱਥਾ ਟੇਕੀਏ ਮਾਤਾ ਰਾਣੀ ਕੇ ਆਗੇ, ਔਰ ਜਹਾਂ ਪਰ ਹਰ ਮਨੋਕਾਮਨਾ ਪੂਰੀ ਹੋਤੀ ਹੈ ਮੰਦਿਰ ਕੇ ਮਾਤਾ ਰਾਣੀ ਕਿਰਪਾ ਕਰੇਗੀ। ਤਾਂ ਦਰਸ਼ਕੋ, ਤੁਸੀਂ ਕੀ ਵੀ ਸ਼ੈਲ ਲੱਗੀ ਹੋਣੀ ਡੈਕੋਰੇਸ਼ਨ ਜਿਹੜੀ ਹੋਈ, ਅਤੇ ਮਾਤਾ ਰਾਣੀ ਦੇ ਦਰਬਾਰ ਤੁਸੀਂ ਕੱਲ੍ਹ ਸਾਰੇ ਆਉਣਾ, ਸਵੇਰੇ ਆਓ ਅਤੇ ਇੱਥੇ ਮਾਤਾ ਰਾਣੀ ਦੇ ਦਰਬਾਰ 'ਚ ਹਾਜ਼ਰੀ ਲਾਓ। ਕੰਨੇ ਇੱਕ ਹੋਰ ਗੱਲ ਮੈਂ ਤੁਸੀਂ ਕੀ ਸੁਣਾਗਾ ਕਿ ਜਸਰੋਟੇ ਮਾਤਾ ਜੀ ਦਾ ਜਿਹੜਾ ਹੈ ਨਾ ਉਹ ਇੰਸਟਾਗ੍ਰਾਮ ਪੇਜ ਵੀ ਬਣਾਇਆ ਇੱਥੇ ਦੇ ਕਮੇਟੀ ਮੈਂਬਰ, ਅਤੇ ਮੈਂ ਤੁਸੀਂ ਕੀ ਪੇਜ ਦਾ ਨਾਂ ਸੁਣਾਇਆ ਉੜਨਾ, ਜੈ ਮਾਂ ਕਾਲੀ ਜਸਰੋਟੇ ਵਾਲੀ, ਇਹ ਪੇਜ ਦਾ ਨਾਂ ਹੈ, ਜੈ ਮਾਂ ਕਾਲੀ ਜਸਰੋਟੇ ਵਾਲੀ। ਇਸੀ ਪੇਜ ਕੀ ਤੁਸੀਂ ਜਿਹੜਾ ਫੋਲੋ ਕਰ ਲਓ,
ਇੱਥੇ ਤੁਸੀਂ ਮਾਤਾ ਰਾਣੀ ਦੀ ਆਰਤੀ ਤੁਸੀਂ ਦੇਖੀ ਸਕਦੇ ਹੋ, ਉਹਦੇ ਕੰਨੇ ਕੰਨੇ ਜਿੰਨੀ ਵੀਡੀਓਜ਼ ਜਿਹੜੀ ਹੈ ਇਸ ਪੇਜ ਉੱਪਰ ਪਾਉਂਦੀ ਹੈ, ਇੰਸਟਾਗ੍ਰਾਮ ਦਾ ਪੇਜ ਹੈ, ਅਤੇ ਇਸੀ ਵੀ ਤੁਸੀਂ ਨਾ ਜ਼ਰੂਰ ਜਿਹੜਾ ਨਾ ਉਹ ਫੋਲੋ ਕਰੀ ਰਹੇ ਹੋ। ਅਤੇ ਬਸ ਇਹੀ ਮੇਰੀ ਵੀ ਇਹੀ ਮਾਤਾ ਰਾਣੀ ਅੱਗੇ ਇਹੀ ਮੈਂ ਪ੍ਰਾਰਥਨਾ ਕਰੇ ਕਰਨਾ ਕਿ ਸਾਰੇ ਜਿਹੜੇ ਆ ਨਾ ਉਹ ਠੀਕ ਰਹੋਣ, ਸਾਰੇ ਦੇ ਘਰ ਜਿਹੜੀ ਹੈ ਸੁੱਖ ਸ਼ਾਂਤੀ ਜਿਹੜੀ ਹੈ ਨਾ ਉਹ ਮਾਤਾ ਰਾਣੀ ਜਿਹੜਾ ਨਾ ਉਹ ਬਣਾਈ ਰੱਖੇ, ਅਤੇ ਕਹਿੰਦੇ ਜੋ ਜੋ ਤੁਹਾਡੀ ਮਨੋਕਾਮਨਾ ਨਾ ਮਾਤਾ ਰਾਣੀ ਤੂੰ ਸਾਰੇ ਦੀ ਮਨੋਕਾਮਨਾ ਜਿਹੜੀ ਹੈ ਨਾ ਉਹ ਪੂਰੀ ਜ਼ਰੂਰ ਕਰੇ।